ਅੱਜ ਦੀ ਮੈਗਾ ਪੀਟੀਐਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਜੋ ਕਿ ਸਰਕਾਰ ਦੁਆਰਾ ਕਰਵਾਈ ਜਾ ਰਹੀ ਉਪਰਾਲਾ ਬਹੁਤ ਵਧੀਆ ਉਪਰਾਲਾ ਜਿਹਦੇ ਵਿੱਚ ਸਾਡੇ ਬੱਚਿਆਂ ਦੀ ਪੜ੍ਹਾਈ ਬਾਰੇ ਜਾਣਕਾਰੀ ਲਈ ਅਸੀਂ ਅਤੇ ਸਰਕਾਰ ਦੁਆਰਾ ਕੀਤੇ ਇਸ ਉਪਰਾਲੇ ਦਾ ਅਸੀਂ ਸ਼ੁਕਰਾਨਾ ਕਰਦੇ ਹਾਂ ਅਤੇ ਇਹ ਪੀਟੀਐਮ ਬਹੁਤ ਵਧੀਆ ਅਤੇ ਅੱਗੇ ਤੋਂ ਵੀ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਹਨ। ਧੰਨਵਾਦ। ਜਿਹੜੀ ਇਹ ਮੀਟਿੰਗ ਰੱਖੀ ਗਈ ਹੈ ਸਰਕਾਰ ਵੱਲੋਂ ਸਾਡੇ ਬੱਚਿਆਂ ਵਾਸਤੇ ਬਹੁਤ ਹੀ ਵਧੀਆ ਹੈ। ਇਹਦੇ ਨਾਲ ਸਾਡੇ ਬੱਚੇ ਪੀਟੀਐਮ ਤੇ ਆ ਕੇ ਸਾਨੂੰ ਵੀ ਥੋੜੀ ਬਹੁਤੀ ਨੌਲੇਜ ਮਿਲਦੀ ਆ। ਹਨ ਮੈਂ ਸ਼ਾਨ ਕੌਰ, ਮੇਰਾ ਬੇਟਾ ਜੁਝਾਰ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੜ੍ਹਦਾ ਹੈ ਤੇ ਅੱਜ ਜੋ ਮੈਗਾ ਪੀਟੀਐਮ ਰੱਖੀ ਗਈ ਹੈ ਸਰਕਾਰ ਵੱਲੋਂ ਮੈਨੂੰ ਬਹੁਤ ਵਧੀਆ ਲੱਗਿਆ ਤੇ ਇਸ ਜੋ ਇਹ ਮੈਗਾ ਪੀਟੀਐਮ ਰੱਖਿਆ ਗਿਆ ਹੈ ਬੱਚਿਆਂ ਬਾਰੇ ਪਤਾ ਲੱਗਦਾ ਸਾਡਾ ਬੱਚਾ ਸਕੂਲ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਹੈਗਾ। ਮੈਨੂੰ ਇਹ ਜੋ ਸਰਕਾਰ ਦਾ ਉਪਰਾਲਾ ਬਹੁਤ ਵਧੀਆ ਲੱਗਿਆ। ਮੈਂ ਸਰਕਾਰੀ ਐਲੀਮੈਂਟਰੀ ਸਕੂਲ ਅਸਰਪੁਰ ਵਿਖੇ ਬਤੌਰ ਹੈੱਡ ਟੀਚਰ ਸਰਬਜੀਤ ਕੌਰ 2016 ਤੋਂ ਸੇਵਾਵਾਂ ਨਿਭਾ ਰਹੀ ਹਾਂ। ਸਾਡੇ ਸਕੂਲ ਵਿੱਚ 101 ਬੱਚਾ ਹੈ ਅਤੇ 25 ਪ੍ਰਵਾਸੀ ਬੱਚੇ ਉਹ ਹਨ ਜੋ ਰਜਿਸਟ੍ਰੇਸ਼ਨ ਨਵੀਂ ਸੈਸ਼ਨ ਲਈ ਮੈਗਾ ਪੀਟੀਐਮ ਦੇ ਵਿੱਚ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਸ ਤੋਂ ਇਲਾਵਾ 4 ਅਸੀਂ ਸਟਾਫ ਮੈਂਬਰ ਹਾਂ। ਸਾਰੇ ਮੈਂਬਰ ਬਹੁਤ ਮਿਹਨਤ ਨਾਲ ਬੱਚਿਆਂ ਨੂੰ ਹਰੇਕ ਪੱਖੋਂ ਸਰਬਪੱਖੀ ਵਿਕਾਸ ਵਿੱਚ ਬਹੁਤ ਮਿਹਨਤ ਕਰਵਾ ਰਹੇ ਹਨ। ਸਾਡਾ ਬੱਚਾ ਸਟੇਟ ਪੱਧਰ ਦੀਆਂ ਖੇਡਾਂ ਵਿੱਚ 3 ਨੰਬਰ 'ਤੇ 200 ਮੀਟਰ ਦੌੜ ਵਿੱਚ ਇਨਾਮ ਪ੍ਰਾਪਤ ਕਰਕੇ ਆਇਆ ਹੈ। ਪਿੰਡ ਵਾਲਿਆਂ ਵੱਲੋਂ ਵੀ ਉਸਨੂੰ ਬਹੁਤ ਹੌਸਲਾ ਅਫਜ਼ਾਈ ਦਿੱਤੀ ਗਈ ਅਤੇ ਇਸ ਤੋਂ ਇਲਾਵਾ ਸਾਡੇ ਬੱਚੇ ਸੁੰਦਰ ਲਿਖਾਈ ਵਿੱਚ, ਕਹਾਣੀ ਸੁਣਾਉਣ ਵਿੱਚ, ਕਵਿਤਾ ਭਾਸ਼ਣ ਹਰੇਕ ਮੁਕਾਬਲੇ ਵਿੱਚ ਜ਼ਿਲ੍ਹਾ ਪੱਧਰ ਤੱਕ ਮੱਲਾਂ ਮਾਰ ਰਹੇ ਹਨ। ਧੰਨਵਾਦ। ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਜੋ ਮੈਗਾ ਪੀਟੀਐਮ ਦਾ ਉਪਰਾਲਾ ਕੀਤਾ ਗਿਆ ਬਹੁਤ ਹੀ ਲਾਹੇਵੰਦ ਹੈ। ਸਾਨੂੰ ਬਹੁਤ ਖੁਸ਼ੀ ਹੈ। ਅੱਜ ਮੈਗਾ ਪੀਟੀਐਮ ਦੇ ਦੌਰਾਨ ਮਾਪੇ, ਬੱਚੇ, ਅਧਿਆਪਕ ਸਾਰੇ ਰਲ ਮਿਲ ਕੇ ਬੈਠ ਕੇ ਆਪਣੇ ਬੱਚੇ ਦੀਆਂ ਭਿੰਨ ਭਿੰਨ ਖੇਤਰਾਂ ਵਿੱਚ ਰੁਚੀਆਂ ਅਤੇ ਗਤੀਵਿਧੀਆਂ ਵਿੱਚ ਕਾਰਗੁਜ਼ਾਰੀ ਦੇਖ ਕੇ ਬਹੁਤ ਖੁਸ਼ ਹੋਏ। ਧੰਨਵਾਦ ਪੰਜਾਬ ਸਰਕਾਰ ਦਾ। ਮੈਂ ਰਜਨੀ ਵਾਲਾ ਬਤੌਰ CST ਸਨੋਰ ਕੁੜੀਆਂ ਬਲਾਕ ਭੁਨਰੇ ਟੋਲ ਵਿਖੇ ਕੰਮ ਕਰ ਰਹੀ ਹਾਂ। ਅੱਜ ਜੋ ਸਾਡੇ ਸਿੱਖਿਆ ਮੰਤਰੀ ਅਤੇ CM ਸਾਹਿਬ ਨੇ ਜੋ ਮੈਗਾ PTM ਰੱਖੀ ਗਈ ਹੈ ਉਹਦੇ ਰਿਗਾਰਡਿੰਗ ਮੈਂ ਆਪਣੇ ਸੈਂਟਰ ਦੇ ਵੱਖ ਵੱਖ ਸਕੂਲਾਂ ਦੇ ਦੌਰਾਨ ਵਿਜ਼ਿਟ ਕੀਤਾ ਜਿਸ ਵਿੱਚ ਮੈਂ ਜਿਵੇਂ ਧਰਮਕੋਟ ਸਕੂਲ, ਅਸਰਪੁਰ, ਕਰਤਾਰਪੁਰ ਅਤੇ ਸਨੋਰ ਬੋਆਇਜ਼ ਵਿੱਚ ਗਈ। ਉੱਥੇ ਅਸੀਂ ਦੇਖਿਆ ਕਿ ਜਿਹੜੇ ਪੇਰੈਂਟਸ ਸੀ ਉਹ ਇਸ ਮੀਟਿੰਗ ਦੇ ਵਿੱਚ ਬਹੁਤ ਦਿਲਚਸਪੀ ਨਾਲ ਭਾਗ ਲੈ ਰਹੇ ਸੀ ਅਤੇ ਉਨਾ ਹੀ ਉਤਸ਼ਾਹ ਮੀਟਿੰਗ ਅਟੈਂਡ ਕਰਵਾਉਣ ਲਈ ਸਾਰੇ ਟੀਚਰਾਂ ਦੇ ਵਿੱਚ ਪਾਇਆ ਜਾ ਰਿਹਾ ਸੀ। ਅਸੀਂ ਸਰਕਾਰ ਦੇ ਇਸ ਉਪਰਾਲੇ ਲਈ ਬਹੁਤ ਵਧੀਆ ਬਹੁਤ ਧੰਨਵਾਦ ਕਰਦੇ ਹਾਂ।